जब सेहत की बात होगी तो पुखराज एलोवेरा से शुरुआत होगी। शुद्ध एलोवेरा से बना पुखराज एलोवेरा जूस जो इम्यूनिटी बढ़ाए और आपको रखे फिट। मिल गया ना अच्छी सेहत का राज पुखराज। ਪਹਿਲਾਂ ਤਾਂ ਅੰਗਰੇਜ਼ੀ ਅਖਬਾਰ ਨੂੰ ਦੇਖ ਕੇ ਵੀ ਲੱਗਦਾ ਸੀ ਡਰ, ਪਰ ਹੁਣ ਤਾਂ ਆਪਾਂ ਪੜ੍ਹੀਦਾ ਅੰਗਰੇਜ਼ੀ ਅਖਬਾਰ ਨਜ਼ਾਰੇ ਨਾਲ, ਕਿਉਂਕਿ ਬ੍ਰਿਲਸ ਐਕਸਪ੍ਰੈਸ ਨੇ ਬਣਾ ਦਿੱਤਾ ਅੰਗਰੇਜ਼ੀ ਅਖਬਾਰ ਨੂੰ ਪੜ੍ਹਨਾ ਬਹੁਤ ਹੀ ਆਸਾਨ। ਬ੍ਰਿਲਸ ਐਕਸਪ੍ਰੈਸ ਦੁਨੀਆ ਦਾ ਪਹਿਲਾ ਐਸਾ ਅਖਬਾਰ ਜਿਸ ਵਿੱਚ ਹਰੇਕ ਖਬਰ ਦੇ ਨਾਲ ਛਪਦੀ ਹੈ ਉਸਦੀ ਹਿੰਦੀ ਟ੍ਰਾਂਸਲੇਸ਼ਨ। ਬ੍ਰਿਲਸ ਐਕਸਪ੍ਰੈਸ, ਪੜ੍ਹੋ ਅੰਗਰੇਜ਼ੀ ਖਬਰਾਂ ਹਿੰਦੀ ਟ੍ਰਾਂਸਲੇਸ਼ਨ ਦੇ ਨਾਲ। ਮੈਨੂੰ ਫੋਲੋ ਕਰ ਰਹੇ ਹੋ? ਜੀ ਹਾਂ ਦੋਸਤੋ, ਮੈਂ ਹਾਂ ਵਿਕਾਸ ਨੇ ਤੇ ਲੈ ਕੇ ਹਾਜ਼ਰ ਹਾਂ ਤੁਹਾਡਾ ਫੇਵਰੇਟ ਪ੍ਰੋਗਰਾਮ ਬ੍ਰਿਲਸ ਪ੍ਰੈਜ਼ੈਂਟਸ ਮਸਤੀ ਕੈਂਪਸ ਦੀ। ਤੇ ਜੀ ਹਾਂ ਦੋਸਤੋ, ਅੱਜ ਅਸੀਂ ਮਸਤੀ ਕਰਾਂਗੇ ਜੀ ਗੁਰੂ ਨਾਨਕ ਦੇਵ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਜੀਵਨਵਾਲਾ ਦੇ ਵਿੱਚ। ਮਸਤੀ ਹੁਣੇ ਸ਼ੁਰੂ ਕਰ ਦੇਣੀ ਹੈ, ਰੇਡੀਓ ਮੈਂ ਤਾਂ ਰੈਡੀ ਹਾਂ, ਬੱਚੇ ਵੀ ਰੈਡੀ ਆ, ਆ ਜਾਓ ਕਰੀਏ ਮਸਤੀ। ਮਸਤੀ ਕੈਂਪਸ ਦੀ। Brills Institute, a pioneer institute in the region for IELTS and English speaking. Brills Institute has carved a niche for itself with the help of state-of-the-art infrastructure and the best faculty. Brills Institute has shown remarkable results. Brills Institute has been frequently awarded by the British Council and the IDP as business partner. Brills Institute has a dedicated dream to serve the student fraternity for times to come. Brills Institute, opposite street number 11, Ajit Road, Bathinda. Brills Institute, New Leela Pavan, Patiala. Masti Campus Di. Haji, haji, dosto, haji, lo ji. Shuruaat karte hain program de jisda naam hai ji Brills Presents Masti Campus Di. ਤੇ ਅੱਜ ਦੀ ਮਸਤੀ ਅਸੀਂ ਕਰਾਂਗੇ ਗੁਰੂ ਨਾਨਕ ਦੇਵ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਜੀਵਨਵਾਲਾ ਦੇ ਵਿੱਚ। ਕਰੀਏ ਸ਼ੁਰੂ ਮਸਤੀ ਬਈ, ਕਰ ਦਈਏ। ਇੱਧਰ ਆਵਾਜ਼ ਬੜੀ ਘੱਟ ਹੈ, ਇੱਧਰੋਂ ਸ਼ੁਰੂ ਕਰਦੇ ਹਾਂ। ਹਾਂਜੀ, ਕੌਣ ਪਹਿਲੇ ਸ਼ੁਰੂ ਕਰੇਗਾ? ਰਮਨਦੀਪ ਵਾਸਤੇ ਜ਼ੋਰਦਾਰ ਤਾਲੀਆਂ ਬਈ, ਰਮਨਦੀਪ ਇੱਧਰ ਆ ਜਾਓ। ਰਮਨਦੀਪ ਕਿਹੜਾ ਗੀਤ ਗਾਓਗੇ? ਘਰ ਦੇ ਹਾਲਾਤ ਠੀਕ ਨਹੀਂ, ਆਵੇ ਮੀਂਹ ਤੇ ਬਰਾਂਡਾ ਵਗਦਾ, ਹਲੇ ਘਰ ਦੇ ਹਾਲਾਤ ਠੀਕ ਨਹੀਂ, ਆਵੇ ਮੀਂਹ ਤੇ ਬਰਾਂਡਾ ਵਗਦਾ, ਚਿੱਤ ਕਰਦਾ ਸਕੌਡਾ ਲੈ ਲਵਾਂ, ਪਰ ਕਰਜ਼ੇ ਤੋਂ ਡਰ ਲੱਗਦਾ, ਚਿੱਤ ਕਰਦਾ ਸਕੌਡਾ ਲੈ ਲਵਾਂ, ਪਰ ਕਰਜ਼ੇ ਤੋਂ ਡਰ ਲੱਗਦਾ। ਬਸ ਉਹ ਇੰਨੀ ਕੁ ਲਾਈਨ ਸਕੌਡਾ ਥੋੜੀ ਆ ਜਾਣੀ ਹੈ। ਅਗਲਾ ਪੈਰਾ ਲਓ ਜੀ, ਗੱਲ ਤਾਂ ਸਕੋਡਾ ਦੀ ਹੁੰਦੀ ਪਈ ਸੀ, ਮੈਨੂੰ ਲੱਗਦਾ ਰਿਕਸ਼ੇ 'ਤੇ ਕੰਮ ਮੁੱਕ ਗਿਆ, ਦੋ ਲੈਣਾ ਗਾ ਕੇ ਖਤਮ ਹੋ ਗਿਆ। ਮੈਮ ਵਿੱਚ ਖੜਾ ਹੋਣਾ, ਮੈਂ ਲੈ ਕੇ ਮੰਗੋ ਜੀ ਵਧਾਈ, ਕਿੱਦਾਂ ਮੰਗਣੀ ਹੈ? ਮੰਗ ਬਈ, ਮੰਗ ਯਾਰ, ਵਧਾਈ ਤੂੰ ਲੈਣੀ ਆ, ਤੂੰ ਸੱਦਿਆ ਕਿਹਦੇ ਹੋਇਆ ਮੁੰਡਾ? ਅਖਬਾਰ 'ਚ ਹੀ ਹੋ ਗਿਆ ਹੁਣ, ਵਧਾਈ ਤੂੰ ਕਿਉਂ ਗਈ? ਉਹ ਫਿਰ ਚਾਚਾ ਤਾਂ ਲਾਇਦਾ ਹੋਊਗਾ, ਉਹਨਾਂ ਦੇ ਆਹ ਤੇਰੇ ਕੋਲ ਕਦੋਂ ਆਵਾਂ? ਚਾਚਾ ਲਿਆ ਤਾਲੀਆਂ ਵਿੱਕੀ ਨਾਮ ਤੁਹਾਡਾ? ਗੁਰਲੀਨ ਵਾਸਤੇ ਤਾਲੀਆਂ ਪਹਿਲਾਂ ਹੀ ਵੱਜ ਗਈਆਂ। ਓਕੇ, ਇੱਥੇ ਖੜੇ ਰਹੋ। ਓਕੇ ਜੀ, ਬੁਆਇਜ਼ ਤੋਂ ਗੁਰਲੀਨ ਦਾ ਮੁਕਾਬਲਾ ਕੌਣ ਕਰੇਗਾ? ਇੱਧਰ ਦੇ ਭੀੜ ਪਿੱਛੇ ਹੋਏ ਨਹੀਂ ਮੈਨੂੰ ਪਤਾ, ਇੱਧਰ ਕੌਣ? ਹਾਂਜੀ, ਵੈਰੀ ਗੁੱਡ, ਕੀ ਨਾਮ ਤੁਹਾਡਾ? ਗੁਰਜੋਤ ਸਿੰਘ। ਗੁਰਜੋਤ ਵਾਸਤੇ ਤਾਲੀਆਂ ਜੀ। ਓਕੇ, ਇੱਕ ਪਾਸੇ ਗੁਰਲੀਨ, ਇੱਕ ਪਾਸੇ ਗੁਰਜੋਤ, ਗੁਰ ਵਰਸਿਸ ਗੁਰ। ਓਕੇ, ਦੋਨਾਂ ਵਾਸਤੇ ਤਾਲੀਆਂ ਇੱਕ ਵਾਰੀ ਦੁਬਾਰਾ। ਹੁਣ ਗੁਰਲੀਨ
ਗਰਲਸ ਦੇ ਵਾਸਤੇ ਬੋਲੇਗੀ, ਗਰਲਸ ਦੇ ਫੇਵਰ 'ਚ ਬੋਲੇਗੀ, ਔਰ ਗੁਰਜੋਤ ਬੋਇਜ਼ ਦੇ ਫੇਵਰ 'ਚ, ਠੀਕ ਹੈ? ਇੱਕ ਲਾਈਨ ਗਰਲਸ ਦੇ ਫੇਵਰ 'ਚ ਕੀ ਗਾਣਾ ਚਾਹੋਗੇ? ਸਰ ਗਰਲਸ ਹਰ ਫੀਲਡ 'ਚ ਅੱਗੇ ਆ, ਪਹਿਲਾਂ ਗਰਲਸ ਨੂੰ ਬਹੁਤ ਸਮਝਿਆ ਜਾਂਦਾ ਸੀਗਾ, ਠੀਕ ਹੈ, ਹੁਣ ਅੱਤੇ ਕੀਤੀ ਜਾਂਦੀ ਸੀ, ਪਹਿਲਾਂ ਹੀ ਮਾਰ ਦਿੱਤਾ ਜਾਂਦਾ ਸੀ ਜਨਮ ਤੋਂ ਜੀ, ਬਟ ਹੁਣ ਵੇਖਣ ਨੂੰ ਆਉਂਦਾ ਵੀ ਉਹ ਇੰਟੈਲੀਜੈਂਟ ਸੀ, ਬਟ ਪਹਿਲਾਂ ਮੰਨਿਆ ਨਹੀਂ ਜਾਂਦਾ ਸੀ, ਹੁਣ ਅੱਗੇ ਫੀਲਡ 'ਚ ਹਰ ਫੀਲਡ 'ਚ ਅੱਗੇ ਆ ਰਹੇ ਉਹ, ਉਹਨਾਂ ਨੂੰ ਮੰਨਿਆ ਜਾਂਦਾ ਹੁਣ? ਹਾਂਜੀ, ਹੁਣ ਤਾਂ ਸਮਝ ਆ ਹੀ ਰਹੀ ਹੈ, ਮਤਲਬ ਕੁੜੀਆਂ ਜਿਹੜੀਆਂ ਬੋਇਜ਼ ਨਾਲੋਂ ਬੈਟਰ ਅੱਗੇ ਜਾ ਰਹੀਆਂ। ਹਾਂਜੀ ਸਰ। ਹਾਂਜੀ ਗੁਰਜੋਤ, ਤੁਸੀਂ ਕੀ ਕਹਿਣਾ ਚਾਹੋਗੇ? ਜੇ ਤੁਸੀਂ ਇਤਿਹਾਸ ਰੋਲ ਕੇ ਵੇਖੀਏ ਤਾਂ ਸਾਰੀ ਸਾਇੰਟਿਫਿਕ ਖੋਜਾਂ ਜਿਹੜੀਆਂ ਬੋਇਸ ਨੇ ਕੀਤੀਆਂ ਜ਼ਿਆਦਾਤਰ। ਓਕੇ, ਮੂਨ ਤੇ ਵੀ ਪਹਿਲਾਂ ਸਭ ਤੋਂ ਮੁੰਡੇ ਹੀ ਗਏ ਸੀ। ਓਕੇ, ਮੈਡਮ ਮੈਡਮ ਕਿਊਰੀ ਦਾ ਨਾਮ ਸੁਣਿਆ? ਉਹਨੇ ਤਾਂ ਕੁੜੀ ਸੀ ਨਾ। ਅੱਗੇ ਜਿਵੇਂ ਨਿਊਟਨ ਵਰਗੇ ਮਹਾਨ ਵਿਗਿਆਨੀਆਂ ਨੇ ਬਹੁਤ ਹੀ ਵਧੀਆ ਖੋਜਾਂ ਕੀਤੀਆਂ। ਓਕੇ, ਬਸ ਨਹੀਂ ਸਰ, ਬਟ ਉਦੋਂ ਕੁੜੀਆਂ ਨੂੰ ਚਾਂਸ ਨਹੀਂ ਦਿੱਤਾ ਜਾਂਦਾ ਸੀਗਾ, ਉਹਨਾਂ ਨੂੰ ਬਹੁਤ ਸਮਝਿਆ ਜਾਂਦਾ ਸੀ, ਪਹਿਲਾਂ ਹੀ ਮਾਰ ਦਿੱਤਾ ਜਾਂਦਾ ਸੀ ਜਨਮ ਤੋਂ, ਬਟ ਹੁਣ ਉਹਨਾਂ ਨੂੰ ਚਾਂਸਿਸ ਮਿਲ ਰਹੇ ਆ, ਆਪਾਂ ਵੇਖਣ ਨੂੰ ਆ ਹੀ ਰਿਹਾ ਕੁੜੀਆਂ ਅੱਗੇ। ਕਲਪਨਾ ਚਾਵਲਾ, ਮਾਈ ਭਾਗੋ, ਧਾਰਮਿਕ ਪਾਸੇ। ਓਕੇ, ਹਾਂਜੀ ਹੁਣ ਚਾਂਸ ਮਿਲ ਰਿਹਾ, ਹੁਣ ਕੁੜੀਆਂ ਅੱਗੇ ਜਾ ਰਹੀਆਂ, ਕੀ ਤੁਸੀਂ ਸਮਝਦੇ ਹੋ ਕਿ ਹੁਣ ਕੁੜੀਆਂ ਇੰਟੈਲੀਜੈਂਟ ਹੈ? ਹਾਂਜੀ ਹੈ, ਪਰ ਬੋਇਸ ਵੀ ਬਹੁਤ ਇੰਟੈਲੀਜੈਂਟ ਹੈ। ਬੋਇਸ ਬਹੁਤ ਪ੍ਰੂਵ ਕਰੋ ਕਿਸ ਤਰ੍ਹਾਂ ਇੰਟੈਲੀਜੈਂਟ ਹੋ। ਜਿਵੇਂ ਸਰ ਆਪਾਂ ਕੋਈ ਵੀ ਰਿਜ਼ਲਟ ਦੇਖਦੇ ਹਾਂ, ਪੰਜਾਬ ਸਕੂਲ ਐਜੂਕੇਸ਼ਨ ਬੋਰਡ ਦਾ, ਸੀ ਬੀ ਐੱਸ ਈ ਦਾ, ਆਈ ਸੀ ਐੱਸ ਈ ਦਾ, ਟੈਂਥ ਦਾ, ਪਲੱਸ ਟੂ ਦਾ, ਪਲੱਸ ਵਨ ਦਾ, ਜਦੋਂ ਰਿਜ਼ਲਟ ਦੇਖਦੇ ਹਾਂ ਕੁੜੀਆਂ ਹੀ ਅੱਗੇ ਹੁੰਦੀਆਂ ਪਹਿਲੇ ਟੋਪਰਸ। ਪੜ੍ਹਾਈ ਬੋਇਸ ਕਿਉਂ ਨਹੀਂ ਹੁੰਦੇ? ਪੜ੍ਹਾਈ ਵਿੱਚ ਹਾਂ ਕੁੜੀਆਂ ਅੱਗੇ ਆ, ਪਰ ਖੇਤੀਬਾੜੀ ਵਗੈਰਾ ਕਿੱਤਿਆਂ ਵਿੱਚ ਵੀ ਮੁੰਡੇ ਅੱਗੇ ਆ। ਨਹੀਂ ਵੀ ਨਹੀਂ, ਪੜ੍ਹਾਈ ਵਿੱਚ ਮੁੰਡੇ ਕਿਉਂ ਨਹੀਂ ਅੱਗੇ ਆ? ਮੁੰਡਿਆਂ ਨੂੰ ਇਹੋ ਜਿਹਾ ਕਿਹੜਾ ਸਪੈਸ਼ਲ ਕੰਮ ਪੈ ਜਾਂਦਾ ਪੜ੍ਹਾਈ ਤੋਂ ਇਲਾਵਾ? ਖੇਤੀਬਾੜੀ, ਖੇਤੀਬਾੜੀ ਕੁੜੀਆਂ ਘਰ ਦਾ, ਕੁੜੀਆਂ ਘਰ ਦਾ ਕੰਮ ਪੂਰਾ ਸੰਭਾਲ ਲੈਂਦੀ ਕਿਉਂ ਜੀ? ਸਰ ਘਰੇਲੂ ਕੰਮ ਪੂਰਾ, ਹਾਊਸਵਾਈਸ ਮੋਸੀ ਕੁੜੀਆਂ ਕਰਦੀਆਂ, ਸਾਰੀ ਹਾਊਸਵਾਈਫ ਆ। ਓਕੇ, ਹੁਣ ਤੁਸੀਂ ਫਿਰ ਮੰਨ ਲਿਆ ਕਿ ਗੁਰਲੀਨ ਜੋ ਕਹਿ ਰਹੀ ਠੀਕ ਕਹਿ ਰਹੀ ਹੈ? ਹਾਂਜੀ ਠੀਕ। ਸਾਰੇ ਮੁੰਡੇ ਹਾਰ ਗਏ ਤੇ ਪੁੱਛ ਲਓ ਇਹਨਾਂ ਕੋਲੋਂ, ਜੇ ਤੁਹਾਡੇ ਕੋਈ ਵਿਊਜ਼ ਹੈਗੇ ਤਾਂ ਤੁਸੀਂ ਬੋਲ ਸਕਦੇ ਹੋ। ਕਿਸੇ ਨੇ ਬੋਲਣਾ ਹੋਵੇ? ਹਾਂਜੀ ਆਓ ਪਲੀਜ਼ ਆਓ। ਯੈਸ, ਤਾਲੀਆਂ ਬਈ। ਕੁਝ ਨਾ ਕੁਝ ਕਰ ਸਕਦੀਆਂ, ਓਨਲੀ ਨਿਊਟਨ ਵਰਗੇ ਮੁੰਡਿਆਂ ਨੇ ਹੀ ਕਿਉਂ ਕੀਤਾ? ਹਾਂ ਜਵਾਬ, ਕੁੜੀਆਂ ਨੂੰ ਚਾਂਸ ਹੀ ਨਹੀਂ ਦਿੱਤਾ ਜਾਂਦਾ ਸੀ ਉਦੋਂ। ਨਹੀਂ ਉਦੋਂ ਕਿਹਨੇ ਰੋਕਿਆ ਸੀਗਾ? ਬਿਲਕੁਲ ਬੰਦ, ਰੇਅਰ ਕੇਸਿਸ ਨੂੰ ਬੰਦ ਕਰਾਉਣ ਵਾਸਤੇ ਤੁਸੀਂ ਕੀ ਕਰੋਗੇ? ਸਮਾਜ ਨੂੰ ਕੋਈ ਇੱਕ ਆਉਣਾ ਹਨਾ, ਉਹੀ ਜੇ ਇੱਕ ਸਟਾਰਟ ਕਰਦਾ ਤਾਂ ਪਿੱਛੇ ਬਹੁਤ ਜਾਣੇ ਲੱਗਦੇ ਹਨਾ। ਪਹਿਲਾਂ ਹੁਣ ਮੈਂ ਆਪਦੇ ਨੇੜੇ ਤੇਰੇ ਸਭ ਤੋਂ ਪਹਿਲਾਂ ਤਾਂ ਸਮਝਾਉਂਗੀ ਸਾਰਿਆਂ ਨੂੰ ਜੀ। ਕਿੱਦਾਂ ਸਮਝਾਓਗੇ? ਇਹੀ ਵੀ ਗਲਤ ਆ ਕਿਸੇ ਵੀ ਤਰੀਕੇ, ਇਹ ਤਾਂ ਸਾਰੇ ਕਹਿੰਦੇ ਵੀ ਇਹ ਗਲਤ ਹੈ, ਪਰ ਉਨੱਤਿਆ ਨਹੀਂ ਹੋਣੀ ਚਾਹੀਦੀ, ਟੀਵੀ 'ਚ ਵੀ ਆਉਂਦਾ, ਇਸ਼ਤਿਹਾਰਾਂ 'ਚ ਵੀ ਆਉਂਦਾ, ਪਰ ਲੋਕਾਂ ਦੇ ਦਿਮਾਗ 'ਚ ਪੈਂਦਾ ਹੀ ਨਹੀਂ ਹੈ। ਕੋਈ ਇੱਦਾਂ ਦਾ ਖਾਸ ਕੀ ਕਰੋਗੇ ਜਦੋਂ ਲੋਕਾਂ ਦੇ ਦਿਮਾਗ 'ਚ ਕੋਈ ਗੱਲ ਪੈ ਜਾਵੇ? ਮੰਨ ਲਓ ਫੋਰ ਐਗਜ਼ਾਮਪਲ, ਤੁਸੀਂ ਜਦੋਂ ਛੋਟੇ ਸੀਗੇ ਤੁਹਾਨੂੰ ਗਿਣਤੀ ਸਿਖਾਈ ਗਈ, ਏ ਬੀ ਸੀ ਸਿਖਾਈ ਗਈ, ਟੀਚਰ ਨੇ ਪੜ੍ਹਾਇਆ ਹੋਏਗਾ ਨਾ, ਉਹਨਾਂ ਨੇ ਕਿੱਦਾਂ ਪੜ੍ਹਾਇਆ ਸੀ ਤੁਹਾਡੇ ਦਿਮਾਗ 'ਚ ਪੈ ਗਿਆ? ਲੇਕਿਨ ਜਿੱਦਾਂ ਉਮਰ ਵੱਧਦੀ ਜਾਂਦੀ ਇਨਸਾਨ ਦੀ, ਉਹਨਾਂ ਨੂੰ ਰਿਪੀਟ ਕਰਾ ਕੇ ਦਿਮਾਗ ਹੋਰ ਪਾਸੇ ਵੀ ਘੁੰਮਦਾ। ਕਿੱਦਾਂ ਸਟ੍ਰਾਈਕ ਕਰਾਓਗੇ? ਹੁਣ ਸਾਡਾ ਇੱਕ ਭਾਰਤ ਵਿੱਚ ਚੱਲ ਰਿਹਾ ਸਵੱਛ ਭਾਰਤ ਅਭਿਆਨ, ਸੁਣਿਆ ਤੁਸੀਂ? ਸੁਣਿਆ, ਫੋਲੋ ਕਰਦੇ ਉਹਨੂੰ? ਹਾਂਜੀ ਸਰ, ਆਪਦਾ ਤਾਂ ਟਰਾਈ ਕਰਦੇ ਪੂਰਾ। ਕਿੱਦਾਂ ਟਰਾਈ ਕਰਦੇ? ਵੇਖੋ ਜਿਵੇਂ ਅਸੀਂ ਆਪਦਾ ਟਰਾਈ ਕਰਦੇ ਪਏ ਆ, ਨਾਲ ਵੀ ਜਦੋਂ ਕੋਈ ਕੋਈ ਹੈ ਮਤਲਬ ਵੇਨੇ ਆਪਾਂ ਕਿਸੇ ਨੂੰ ਗੰਦ ਫੈਲਾਉਂਦੇ ਨੇ, ਉਹਨਾਂ ਨੂੰ ਵੀ ਰੋਕਦੇ ਹੋ? ਓਕੇ, ਜਿਸ ਤਰ੍ਹਾਂ ਸਾਡਾ ਹੁਣ ਹਰ ਜਗ੍ਹਾ ਸਾਨੂੰ ਮੈਸੇਜ ਮਿਲਦਾ ਕਿ ਅਸੀਂ ਗੰਦ ਨਹੀਂ ਫੈਲਾਉਣਾ, ਪ੍ਰਧਾਨ ਮੰਤਰੀ ਜੀ ਨੇ ਸਕੀਮ ਚਲਾਈ ਹੋਈ ਹੈ, ਤੁਹਾਨੂੰ ਜੇ ਦਿੱਤਾ ਜਾਵੇ ਕਿ ਭਰੂਣ ਹੱਤਿਆ ਰੋਕਣ ਵਾਸਤੇ ਜੋ ਸਕੀਮਾਂ ਆਲਰੇਡੀ ਚੱਲ ਰਹੀਆਂ, ਇਸ ਤੋਂ ਇਲਾਵਾ ਤੁਸੀਂ ਪਾਵਰਫੁਲ ਕੁਝ ਕਰਨਾ ਚਾਹੋਗੇ ਤਾਂ ਤੁਸੀਂ, ਚਲੋ ਤੁਹਾਡੇ ਕੋਲ ਪੁੱਛਦਾ, ਤੁਸੀਂ ਕਿੱਦਾਂ ਰੋਕੋਗੇ? ਪਹਿਲੀ ਗੱਲ ਤਾਂ ਜੀ, ਸੋਸ਼ਲ ਮੀਡੀਆ ਜਿਹੜਾ ਉਹ ਬਹੁਤ ਜਾਣੀ ਕਿ ਅਵੇਅਰ ਹੋ ਰਿਹਾ ਹੈ, ਇਸ ਲਈ ਪਹਿਲਾਂ ਅਸੀਂ ਸੋਸ਼ਲ ਮੀਡੀਆ ਦੀ ਚੋਣ ਕਰਾਂਗੇ। ਪਹਿਲੀ ਗੱਲ ਤਾਂ ਜੀ, ਓਕੇ, ਸੋਸ਼ਲ ਮੀਡੀਆ 'ਤੇ ਆਪਾਂ ਜਿਵੇਂ ਕਿ ਕੁਝ ਕੁ ਵੀਡੀਓਜ਼ ਵਗੈਰਾ ਬਣਾ ਕੇ ਵਾਇਰਲ ਕਰਾਂਗੇ, ਅਤੇ ਫਿਰ ਲੋਕਾਂ ਦੇ ਮਨ ਵਿੱਚ ਉਹ ਭਰਮ ਕੱਢਾਂਗੇ ਕਿ ਵੀ ਜਿਹੜੀਆਂ ਕੁੜੀਆਂ ਹੈਗੀਆਂ ਉਹ ਵਧੀਆ ਬਹੁਤ ਅੱਗੇ ਆ ਸਕਦੀਆਂ ਹੈ, ਉਹ ਆ ਵੀ ਰਹੀਆਂ ਹੈ ਜੀ, ਅਸੀਂ ਇਹ ਕਹਿਣਾ ਚਾਹੁੰਦੇ ਹਾਂ। ਠੀਕ ਹੈ, ਮਤਲਬ ਵੀਡੀਓ ਰਾਹੀਂ, ਸੋਸ਼ਲ ਮੀਡੀਆ ਰਾਹੀਂ ਤੁਸੀਂ ਆਪਣਾ ਜਿਹੜਾ ਮੈਸੇਜ ਅੱਗੇ ਹਥਿਆਰ ਅੱਗੇ ਦੇਵੋਗੇ। ਓਕੇ, ਕੋਈ ਐਸੀ ਫੀਲਡ ਜਿਹਦੇ ਵਿੱਚ ਤੁਸੀਂ ਸਮਝਦੇ ਕੁੜੀਆਂ ਹਜੇ ਵੀ ਪਿੱਛੇ, ਉਹਨਾਂ ਨੂੰ ਅੱਗੇ ਆਉਣਾ ਚਾਹੀਦਾ? ਫੀਲਡ ਹੈਗੇ ਖੇਤੀਬਾੜੀ ਵਗੈਰਾ ਹੋ ਗਿਆ ਜੀ ਇੱਕ ਤਾਂ,
ਤੇ ਖੇਤੀਬਾੜੀ ਚ ਕੁੜੀਆਂ ਜੇ ਪਿੱਛੇ ਆ ਤੁਸੀਂ ਇਹ ਕਹਿਣਾ ਚਾਹੁੰਦੇ ਹੋ ਜਾਨੀ ਕਿ ਮੇਰੇ ਅਕੋਰਡਿੰਗ ਉਹ ਪਿੱਛੇ ਆ ਅੱਛਾ ਤੇ ਮੈਂ ਇੱਕ ਹੋਰ ਗੱਲ ਕਹਿਣਾ ਚਾਹੁੰਨਾ ਕਿ ਜਿਹੜੇ ਸਟੱਡੀ ਵਿੱਚ ਤਾਂ ਅੱਗੇ ਹੈਗੀਆਂ ਸਾਇੰਟਿਸਟ ਖੋਜਾਂ ਵਿੱਚ ਵੀ ਅੱਗੇ ਹੈਗੀਆਂ ਪਰ ਜਿਹੜੀਆਂ ਜਿਵੇਂ ਕਿ ਮੁੰਡੇ ਮੋਟਰਸਾਈਕਲ ਵਗੈਰਾ ਚਲਾਉਂਦੇ ਆ ਮੋਬਾਈਲ ਦੀ ਰੇਸਿੰਗ ਕਰਦੇ ਆ ਉਹਨਾਂ ਉਸ ਫੀਲਡ ਵਿੱਚ ਵੀ ਅੱਗੇ ਆਉਣਾ ਚਾਹੀਦਾ ਉਹਨਾਂ ਕੁੜੀਆਂ ਤਾਂ ਜੈਟ ਵੀ ਚਲਾ ਲੈਂਦੀਆਂ ਜੈਟ ਪਲੇਨ ਚਲਾ ਲੈਂਦੀਆਂ ਫਾਈਟਰ ਪਲੇਨ ਚਲਾ ਲੈਂਦੀਆਂ ਹਾਂਜੀ ਇਹਨਾਂ ਨਹੀਂ ਆਉਂਦੀਆਂ ਜਿਵੇਂ ਕਿ ਜਿੰਨਾ ਆਉਣਾ ਚਾਹੀਦਾ ਹਾਂ ਖੇਤੀਬਾੜੀ ਵੀ ਤੁਸੀਂ ਪਿੱਛੇ ਕਿਉਂ ਕੁੜੀਆਂ ਸਰ ਨਹੀਂ ਹਾਂ ਪਹਿਲਾਂ ਸੀ ਬਟ ਹੁਣ ਤਾਂ ਉੱਥੇ ਜਾ ਰਹੇ ਹਾਂ ਮੈਂ ਤਾਂ ਸਰ ਆਪਣੀ ਸਿਸਟਰ ਦੀ ਐਗਜ਼ਾਮਪਲ ਦਊਂਗੀ ਉਹ ਵੀ ਬੀ ਐੱਸ ਸੀ ਐਗਰੀਕਲਚਰ ਕਰ ਰਹੀ ਹੈ ਹੁਣ ਇਹਦੇ ਬਾਅਦ ਕਰ ਰਹੀ ਹੈ ਓਕੇ ਵੈਰੀ ਗੁੱਡ ਜੀ ਵੈਰੀ ਗੁੱਡ ਨਾ ਕੁੜੀਆਂ ਪਿੱਛੇ ਤਾਂ ਨਾ ਮੁੰਡੇ ਪਿੱਛੇ ਬੜਾ ਟੈਂਸ ਜਿਹਾ ਮਾਹੌਲ ਹੋ ਗਿਆ ਤੁਹਾਨੂੰ ਬੈਸਟ ਐਗਜ਼ਾਮਪਲ ਦੇਵਾਂ ਤਾਂ ਹੁਣ ਵੇਖ ਲਓ ਮੈਂ ਇੱਥੇ ਇੱਕ ਕੁੜੀ ਹਾਂ ਤੇ ਮੇਰੇ ਸਾਹਮਣੇ ਦੋ ਮੁੰਡੇ ਮੈਂ ਇਕੱਲੀ ਕੁੜੀ ਦੋ ਮੁੰਡੇ ਨੇ ਕੰਮ ਹਾਂ ਵੀ ਇਹ ਤੇ ਮੰਨਣਾ ਪਏਗਾ ਜ਼ੋਰਦਾਰ ਤਾਲੀਆਂ ਵੀ ਗੁਰਲੀਨ ਵਾਸਤੇ ਦੇਖੋ ਜੀ ਇਕੱਲੀ ਇੱਕ ਕੁੜੀ ਦੋ ਮੁੰਡਿਆਂ ਦਾ ਮੁਕਾਬਲਾ ਕਰ ਰਹੀ ਹੈ ਪਰ ਵੈਰੀ ਗੁੱਡ ਬਹੁਤ ਅੱਛਾ ਤੂੰ ਡਿਫੈਂਡ ਕੀਤਾ ਬਹੁਤ ਅੱਛਾ ਬੋਲਿਆ ਤੂੰ ਥੋੜ੍ਹਾ ਜਿਹਾ ਪਿੱਛੇ ਰਹਿ ਗਿਆ ਪਰ ਅੱਗੇ ਅੱਗੇ ਆ ਜੀ ਹੱਥੇ ਮਿਲਾ ਲਾ ਹਾਂਜੀ ਹੁਣ ਬੜਾ ਟੈਂਸ ਜਿਹਾ ਮਾਹੌਲ ਹੋ ਗਿਆ ਆਪਾਂ ਤਾਂ ਕਰਨਾ ਸੀ ਮਸਤੀ ਪ੍ਰੋਗਰਾਮ ਦਾ ਨਾਮ ਹੀ ਹੈ ਬ੍ਰਿਲਸ ਪ੍ਰੈਜ਼ੈਂਟਸ ਮਸਤੀ ਇਹ ਟੈਂਸ਼ਨ ਨੂੰ ਥੋੜ੍ਹਾ ਦੂਰ ਕਰਨੇ ਆਪਾਂ ਲੈਂਦੇ ਇੱਕ ਛੋਟੀ ਜਿਹੀ ਬ੍ਰੇਕ ਲੈ ਲਈਏ ਬ੍ਰੇਕ ਮਿਲਦੇ ਹਾਂ ਬ੍ਰੇਕ ਤੋਂ ਬਾਅਦ ਮਸਤੀ ਕੈਂਪਸ ਦੀ Brills Institute, a pioneer institute in the region for IELTS and English speaking. Brills Institute has carved a niche for itself with the help of state-of-the-art infrastructure and the best faculty. Brills Institute has shown remarkable results. Brills Institute has been frequently awarded by the British Council and the IDP as business partner. Brills Institute has a dedicated dream to serve the student fraternity for times to come. Brills Institute, opposite street number 11, Ajit Road, Bathinda. Brills Institute, New Leela Pavan, Patiala. ਪਹਿਲਾਂ ਤਾਂ ਅੰਗਰੇਜ਼ੀ ਅਖਬਾਰ ਨੂੰ ਦੇਖ ਕੇ ਵੀ ਲੱਗਦਾ ਸੀ ਡਰ ਪਰ ਹੁਣ ਤਾਂ ਆਪਾਂ ਪੜ੍ਹੀਦਾ ਅੰਗਰੇਜ਼ੀ ਅਖਬਾਰ ਨਜ਼ਾਰੇ ਨਾਲ ਕਿਉਂਕਿ ਬ੍ਰਿਲਜ਼ ਐਕਸਪ੍ਰੈਸ ਨੇ ਬਣਾ ਦਿੱਤਾ ਅੰਗਰੇਜ਼ੀ ਅਖਬਾਰ ਨੂੰ ਪੜ੍ਹਨਾ ਬਹੁਤ ਹੀ ਆਸਾਨ ਬ੍ਰਿਲਜ਼ ਐਕਸਪ੍ਰੈਸ ਦੁਨੀਆ ਦਾ ਪਹਿਲਾ ਐਸਾ ਅਖਬਾਰ ਜਿਸ ਵਿੱਚ ਹਰੇਕ ਖਬਰ ਦੇ ਨਾਲ ਛਪਦੀ ਹੈ ਉਸਦੀ ਹਿੰਦੀ ਟ੍ਰਾਂਸਲੇਸ਼ਨ ਬ੍ਰਿਲਜ਼ ਐਕਸਪ੍ਰੈਸ ਪੜ੍ਹੋ ਅੰਗਰੇਜ਼ੀ ਖਬਰਾਂ ਹਿੰਦੀ ਟ੍ਰਾਂਸਲੇਸ਼ਨ ਦੇ ਨਾਲ ਮਸਤੀ ਕੈਂਪਸ ਦੀ
ਵਾਹ ਵੀ ਰਮਨ, ਪ੍ਰੋਗਰਾਮ ਦਾ ਨਾਂ ਹੀ ਹੈ ਬ੍ਰਿਲਸ ਪ੍ਰੈਜ਼ੈਂਟ ਮਸਤੀ ਕੈਂਪਸ ਦੀ, ਔਰ ਤੂੰ ਡਾਂਸ ਕਰਕੇ ਪੂਰੀ ਪੂਰੀ ਮਸਤੀ, ਜਿਹੜਾ ਪ੍ਰੋਗਰਾਮ ਸੁਸ ਚੱਲ ਰਿਹਾ ਸੀ ਮਸਤੀ ਪੂਰੀ ਆ ਗਈ ਹੈ। ਕਿੱਥੋਂ ਸਿੱਖਿਆ ਡਾਂਸ? ਆਪਣੇ ਆਪ ਹੀ ਡਾਂਸ ਆ ਗਿਆ। ਇਹਨਾਂ ਨੂੰ ਨਹੀਂ ਸਿਖਾਇਆ ਕਿਸੇ ਨੂੰ? ਉਹ ਜਿਹੜੀ ਖੜੀ ਆ ਉਹਦੇ ਤੋਂ ਪਿੱਛੇ ਹੋ ਗਏ? ਟ੍ਰਾਈ ਤਾਂ ਬਹੁਤ ਵਾਰ ਕੀਤਾ ਪਰ ਸਿੱਖਦੇ ਨਹੀਂ। ਸਿੱਖਦੇ ਨਹੀਂ? ਇੱਕ ਵਾਰ ਇਹਨੂੰ ਸਿਖਾ ਕੇ ਦਿਖਾ ਕਿੱਦਾਂ ਕਰਦੇ ਡਾਂਸ? ਕੀ ਨਾਮ ਇਹਦਾ? ਗੁਰਸ਼ਰਨ। ਗੁਰਸ਼ਰਨ ਜੀ ਇੱਧਰ ਆਓ ਜਰਾ। ਹਾਂ ਕਰੋ ਵੀ ਐਂ ਕਰਕੇ, ਇੰਨਾ ਆਸਾਨ ਹੈ। ਚੱਲ ਹਾਂ ਦੇਖੋ ਜੀ, ਪਹਿਲੇ ਹੱਥ ਉੱਪਰ ਕਰਨੇ ਆ, ਕਰ ਲੈ ਹੱਥ ਉੱਪਰ। ਮੈਂ ਕਿੱਥੇ ਇੱਦਾਂ ਕਰ? ਹਾਂ ਪਹਿਲੇ ਫਿਰ ਐ ਵਾਲਾ ਪੈਰ, ਐ ਵਾਲਾ ਪੈਰ ਇੱਦਾਂ, ਫਿਰ ਇੱਦਾਂ। ਬਸ ਠੀਕ ਹੈ, ਵਧੀਆ ਕੀਤਾ ਨਾ ਮੈਂ? ਬਹੁਤ ਵਧੀਆ। ਜੇ ਮੈਨੂੰ ਇੱਕ ਵਾਰ ਜਾ ਕੇ, ਹਾਂ ਵੀ ਚਲੋ ਇੱਧਰ ਆ ਗਏ। ਓਕੇ ਜੀ, ਲਾਈਟਸ, ਕੈਮਰਾ, ਐਕਸ਼ਨ। ਗੁਤਾਪ ਕੀਤੀ ਮੰਮੀ ਕੋ ਕਰਾਈ? ਆਪੇ ਕੀਤੀ ਆ? ਬੜੀ ਵਧੀਆ ਕੀਤੀ, ਮੈਨੂੰ ਯਕੀਨ ਨਹੀਂ ਆਉਂਦਾ ਵੀ ਇਹ ਨਹੀਂ ਕਰ ਸਕਦੇ ਉਦਾਂ ਦੇ। ਕਿੰਨਾ ਟਾਈਮ ਕਰ ਲੈਣੀ? ਦੋ ਮਿੰਟ 'ਚ ਕਿ ਤਿੰਨ ਮਿੰਟ 'ਚ ਕਿ ਪੰਜ ਮਿੰਟ 'ਚ? ਅੱਜ ਮੈਂ ਦੇਖ ਲੈਂਦੇ ਕਿ ਰਹਿਣਾ ਵੀ ਹੁੰਦੀ ਹੈ। ਅੱਛਾ ਗੁੱਤ ਖੋਲ ਕੇ ਦਿਖਾ ਸਹੀ ਹੈ, ਕੀ ਲਾਇਆ? ਕੁਛ ਨਹੀਂ ਲਾਇਆ। ਇਹ ਕਿਸੋ ਲਿਆਂਦਾ ਹੈ ਮੋਤੀ ਜੇ? ਦੁਕਾਨ ਤੋਂ। ਦੁਕਾਨ ਤੋਂ? ਕਿਹੜੀ ਦੁਕਾਨ ਤੋਂ? ਹੋਰ ਰਸਤਾ ਥੋੜੀ ਮਿਲਦਾ, ਦੁਕਾਨ ਤੋਂ ਲਿਆਂਦੇ। ਮੇਰੇ ਦਿਲ ਨੂੰ ਮੇਰੇ ਦਿਲ ਤੱਕ ਰਾਵਾਂ ਆਉਣੀਆਂ ਨਹੀਂ, ਇਹ ਵੀ ਮਨ ਦੀ ਬਿਨ ਮੇਰੇ ਤੈਨੂੰ ਸਾਹਾਂ ਆਉਣੀਆਂ ਨਹੀਂ। ਪਿਆਰ ਮੁਕੱਦਰ ਅੜਿਆ ਇੰਨੀ ਛੇਤੀ ਨਹੀਂ ਬਣਦੇ, ਕਿਸੇ ਨਜ਼ਰ ਦੇ ਕੋਲੋਂ ਐਵੇਂ ਧੋਖਾ ਖਾਵੀ ਨਾ। ਰੂਹ ਤੱਕ ਪਹੁੰਚੀ ਪਈਆ ਜਿਹਦੀ ਸੂਰਤ ਯਾਰੋ ਏ, ਜਾਂਦੀ ਜਾਂਦੀ ਕਹਿ ਗਈ ਮੈਨੂੰ ਚੇਤੇ ਆਵੀ ਨਾ। ਰੂਹ ਤੱਕ ਪਹੁੰਚੀ ਪਈਆ ਜਿਹਦੀ ਸੂਰਤ ਯਾਰੋ ਏ, ਜਾਂਦੀ ਜਾਂਦੀ ਕਹਿ ਗਈ ਮੈਨੂੰ ਚੇਤੇ ਆਵੀ ਨਾ। ਮਸਤੀ ਕੈਂਪਸ ਦੀ। Brills Institute, a pioneer institute in the region for IELTS and English speaking. Brills Institute has carved a niche for itself with the help of state-of-the-art infrastructure and the best faculty. Brills Institute has shown remarkable results. Brills Institute has been frequently awarded by the British Council and the IDP as business partner. Brills Institute has a dedicated dream to serve the student fraternity for times to come. Brills Institute, opposite street number 11, Ajit Road, Bathinda. Brills Institute, New Leela Pavan, Patiala. ਪਹਿਲਾਂ ਤਾਂ ਅੰਗਰੇਜ਼ੀ ਅਖਬਾਰ ਨੂੰ ਦੇਖ ਕੇ ਵੀ ਲੱਗਦਾ ਸੀ ਡਰ, ਪਰ ਹੁਣ ਤਾਂ ਆਪਾਂ ਪੜ੍ਹੀਦਾ ਅੰਗਰੇਜ਼ੀ ਅਖਬਾਰ ਨਜ਼ਾਰੇ ਨਾਲ, ਕਿਉਂਕਿ ਬ੍ਰਿਲਸ ਐਕਸਪ੍ਰੈਸ ਨੇ ਬਣਾ ਦਿੱਤਾ ਅੰਗਰੇਜ਼ੀ ਅਖਬਾਰ ਨੂੰ ਪੜ੍ਹਨਾ ਬਹੁਤ ਹੀ ਆਸਾਨ। ਬ੍ਰਿਲਸ ਐਕਸਪ੍ਰੈਸ ਦੁਨੀਆ ਦਾ ਪਹਿਲਾ ਐਸਾ ਅਖਬਾਰ ਜਿਸ ਵਿੱਚ ਹਰੇਕ ਖਬਰ ਦੇ ਨਾਲ ਛਪਦੀ ਹੈ ਉਸਦੀ ਹਿੰਦੀ ਟ੍ਰਾਂਸਲੇਸ਼ਨ। ਬ੍ਰਿਲਸ ਐਕਸਪ੍ਰੈਸ, ਪੜ੍ਹੋ ਅੰਗਰੇਜ਼ੀ ਖਬਰਾਂ ਹਿੰਦੀ ਟ੍ਰਾਂਸਲੇਸ਼ਨ ਦੇ ਨਾਲ। ਮਸਤੀ ਕੈਂਪਸ ਦੀ। ਲੰਘਣ ਫਲਾਈ ਕਰਕੇ ਉੱਚੀਆਂ ਨੇ ਗੱਲਾਂ ਤੇਰੇ ਯਾਰ ਦੀਆਂ, ਉੱਚੀਆਂ ਨੇ ਗੱਲਾਂ ਤੇਰੇ ਯਾਰ ਦੀਆਂ। ਦੁਖੀ ਦਿੱਖੀ ਪੂਰੀ ਠੋਕ ਠੋਕ ਰੱਖਦਾ, ਡੇਂਜਰ ਤੇ ਜਾਣ ਲੈਵਾ ਸ਼ੌਂਕ ਰੱਖਦਾ, ਦੂਰੀ ਫੁੱਟ ਦੀ ਬਣਾ ਕੇ ਅਮਡੀਰ ਖੜਦੀ, ਡੱਬ ਵਿੱਚ ਭਰ ਕੇ ਗਲੌਕ ਰੱਖਦਾ, ਖੂਨ ਨੂੰ ਦਲੇਰੀ ਰਹਿੰਦੀ ਪੰਪ ਕਰਦੀ, ਲੋ ਰਾਈਡਰ ਸੜਕੀ ਉੱਤੇ ਜੰਪ ਕਰਦੀ, ਦਿਲਾਂ ਦੇ ਨਿਸ਼ਾਨੇ ਸਿੱਧੇ ਮਾਰਦੀਆਂ। ਉਹ ਸਿਰੀ ਉੱਤੇ ਲੰਘਣ ਫਲਾਈ ਕਰਕੇ ਉੱਚੀਆਂ ਨੇ ਗੱਲਾਂ ਤੇਰੇ
ਗੀਤ ਤੋਂ ਬਾਅਦ ਤੁਹਾਡਾ ਫਿਰ ਸਵਾਗਤ ਹੈ ਜੀ ਪ੍ਰੋਗਰਾਮ ਜਿਸ ਦਾ ਨਾਮ ਹੈ ਜੀ ਬ੍ਰਿਲਸ ਪ੍ਰੈਜ਼ੈਂਟਸ ਮਸਤੀ ਤੇ ਮਸਤੀ ਅਗਲੀ ਹੋਰ ਕੌਣ ਕਰੇਗਾ ਇਹ ਸ਼ਰਮਾਦੀ ਬੋਲਦਾ ਤੂੰ ਇੱਕ ਤੇ ਅੱਛਾ ਇਧਰ ਆਇਆ ਇਧਰ ਆ ਗਾ ਸੁਣ ਅੱਗੇ ਬੂਟਾ ਲਾ ਗਿਆ ਕੋਈ ਬੁਲਾਵੇ ਵੀ ਨਾ ਇਧਰ ਆ ਅੱਛਾ ਜਸਪ੍ਰੀਤ ਸ਼ਰਮਾਦੀ ਕਿਉਂ ਇਹਨਾਂ ਤੋਂ ਅੱਛਾ ਜਸਪ੍ਰੀਤ ਇੱਦਾਂ ਕਰ ਤੂੰ ਸ਼ਰਮਾਨੀ ਹੈ ਜਰਾ ਚੱਲ ਇੱਦਾਂ ਹੀ ਕਰ ਲੈਂਦੇ ਹਾਂ ਤੂੰ ਜ਼ਿਆਦਾ ਨਹੀਂ ਤਿੰਨ ਤਰ੍ਹਾਂ ਸ਼ਰਮਾ ਕੇ ਦਿਖਾ ਦੇ ਇੱਕ ਤਾਂ ਤੇਰਾ ਮੰਨ ਲਿਆ ਉਹ ਇੱਕ ਹੋ ਗਿਆ ਜੀ ਇੱਕ ਵਾਰੀ ਸ਼ਰਮਾ ਕੇ ਦਿਖਾ ਦੇ ਦੁਬਾਰਾ ਤੋਂ ਦੇਖੋ ਜੀ ਹਾਂਜੀ ਪਹਿਲੀ ਵਾਰੀ ਸ਼ਰਮਾਉਣਾ ਇੱਕ ਕਿੱਦਾਂ ਸ਼ਰਮਾਏਗੀ ਹਾਂ ਬਿਲਕੁਲ ਬਿਲਕੁਲ ਠੀਕ ਹੈ ਤਾਲੀਆਂ ਜੀ ਨੰਬਰ ਦੋ ਐਕਸ਼ਨ ਠੀਕ ਹੈ ਹੱਥਾਂ ਦਾ ਕੁਛ ਕਰਤਾ ਬਾਕੀ ਫੇਸ ਦਾ ਐਕਸਪ੍ਰੈਸ਼ਨ ਉਹੀ ਸੀਗੇ ਮੰਨ ਲਿਆ ਜੀ ਦੋ ਹੋ ਗਿਆ ਨੰਬਰ 3 ਐਕਸ਼ਨ ਅੱਜ ਵਾਰ ਕੀ ਹੈ ਵੀਰਵਾਰ ਇੰਗਲਿਸ਼ ਕੀ ਕਹਿੰਦੇ ਆ ਕਿੱਥੋਂ ਸ਼ੁਰੂ ਹੁੰਦਾ ਕਿਹੜੇ ਅਕਸ਼ਰ ਤੋਂ ਸ਼ੁਰੂ ਹੁੰਦਾ ਇੰਗਲਿਸ਼ ਦੇ ਟੀ ਤੋਂ ਟੀ ਤੋਂ ਤਿੰਨ ਤਿੰਨ ਜਿਹੜੇ ਡੇਜ਼ ਹੋਰ ਸ਼ੁਰੂ ਹੁੰਦੇ ਹਫ਼ਤੇ 'ਚ ਕਿਹੜੇ ਕਿਹੜੇ ਹੁੰਦੇ ਆ ਉਹ ਤਾਂ ਹੋ ਗਿਆ ਇੱਕ ਤਿੰਨ ਹੋਰ ਚਾਹੀਦੇ ਆ ਇੱਕੋ ਹੀ ਹੁੰਦਾ ਉਹ ਕਹਿੰਦੀ ਦੋ ਹੁੰਦੇ ਆ ਚਾਰ ਹੁੰਦੇ ਆ ਚਾਰ ਹੁੰਦੇ ਆ ਮੈਂ ਬੋਲ ਮੈਂ ਦੱਸ ਕੇ ਜਾਵਾਂਗਾ ਤੁਹਾਨੂੰ ਦੱਸ ਕੇ ਜਾਵਾਂਗਾ ਇੱਦਾਂ ਪ੍ਰੋਗਰਾਮ ਖਤਮ ਹੀ ਨਹੀਂ ਕਰਾਂਗਾ ਕਿੰਨੇ ਹੁੰਦੇ ਆ ਚਾਰ ਹੁੰਦੇ ਆ ਮੈਂ ਦੱਸ ਕੇ ਜਾਵਾਂਗਾ ਅੱਛਾ ਦੋ ਕਿਹੜੇ 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 ਇਹ ਤਾਂ ਕਹਿੰਦੀ ਇੱਕੋ ਹੀ ਹੁੰਦਾ ਇਹ ਇੱਕੋ ਹੀ ਨਾ ਹੁਣ ਦੋ ਕਿੱਦਾਂ ਹੋ ਗਏ ਹੁਣੇ ਕਿੰਨੇ ਹੁੰਦੇ ਆ ਕਿਹੜੇ 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 ਹਾਂ ਇੱਧਰ ਆ ਪਰਚੀ ਤੋਂ ਬਗੈਰ ਬੋਲ ਦੋ ਹੁੰਦੇ ਨਾ ਚਾਰ ਹੁੰਦੇ ਆ ਦੇਖੋ ਜੀ ਇੱਕ ਤੇ ਹੋ ਗਿਆ ਟਿਊਜ਼ਡੇ ਥਰਸਡੇ ਅੱਜ ਕੀ ਹੈ ਟੁਡੇ ਟੀ ਤੋਂ ਨੀ ਸ਼ੁਰੂ ਹੋਇਆ ਕੱਲ ਕੀ ਹੈ ਕੱਲ ਕੀ ਹੈ ਮੈਂ ਨਾ ਕਿਹਾ ਹੀ ਨੀ ਕੱਲ ਕੀ ਹੈ ਤਾਂ ਟੀ ਤੋਂ ਸ਼ੁਰੂ ਨੀ ਹੋਇਆ ਨਹੀਂ ਨਹੀਂ ਹੁਣ ਜੋ ਮਰਜ਼ੀ ਟਿਊਜ਼ਡੇ ਥਰਸਡੇ ਟੁਡੇ ਟੁਮਾਰੋ ਓਕੇ ਗਲਤ ਹੈ ਚਲ ਮੈਂ ਠੀਕ ਹੈ ਤੂੰ ਗਲਤ ਸਹੀ ਓਕੇ ਅੱਛਾ ਚਲ ਫਿਰ ਠੀਕ ਹੈ ਪ੍ਰੈਜ਼ੀਡੈਂਟ ਆਫ ਇੰਡੀਆ ਦਾ ਕੀ ਨਾਮ ਹੈ ਹੁਣ ਟਾਈਮ ਹੈ ਸਰ ਹਣ ਆ ਹੁੰਦਾ ਹੀ ਹੋਰ 47 ਦਾ ਪੁੱਛਣਾ ਚਲ ਸਰ ਚੀਫ ਮਿਨਿਸਟਰ ਆਫ ਪੰਜਾਬ ਚੀਫ ਸਰ ਪ੍ਰੈਜ਼ੀਡੈਂਟ ਆਫ ਇੰਡੀਆ ਨਿਆਜ਼ ਲੈ ਚੀਫ ਮਿਨਿਸਟਰ ਯਾਦ ਹੈ ਤੈਨੂੰ ਯਾਦ ਹੈ ਤੂੰ ਤਾਂ ਸ਼ਰਮਾ ਕੇ ਦੱਸਦਾ ਛੱਡ ਰਿਹਾ ਹੈ ਓਕੇ ਜੀ ਪ੍ਰੋਗਰਾਮ ਚੱਲ ਰਿਹਾ ਜੀ ਬ੍ਰਿਲਸ ਪ੍ਰੈਜ਼ੈਂਟ ਮਸਤੀ ਕੈਂਪਸ ਦੀ ਤੇ ਮਸਤੀ ਅੱਜ ਕੁਛ ਅਨੋਖੀ ਜੀ ਹੈ ਇਹ ਭੋਲਾ ਸਾਡੇ ਕੋਲ ਖੜੀ ਹੈ ਕਹਿੰਦੀ ਜੀ ਮੈਂ ਸਭ ਤੋਂ ਫਾਸਟ ਗੁੱਤ ਕਰ ਲੈਂਦੀ ਹਾਂ ਬੜਾ ਘੱਟ ਟਾਈਮ ਲਾਉਂਦੀ ਹੈ ਮੈਂ ਕਿਹਾ ਤੂੰ ਗੁੱਤ ਤੇ ਖੋਲ ਬੰਨੀ ਬਣਾਈ ਗੁੱਤ ਕਿੱਦਾਂ ਪਤਾ ਲੱਗੇਗਾ ਉਹ ਗੁੱਤ ਖੋਲ ਰਹੀ ਹੈ ਫਿਰ ਗੁੱਤ ਕਰੇਗੀ ਆਪਾਂ ਸਾਰੇ ਟਾਈਮ ਕਾਊਂਟ ਕਰਾਂਗੇ ਠੀਕ ਹੈ ਰੈਡੀ ਖੋਲੋ ਜੀ ਫਟਾਫਟ ਖੋਲਣੀ ਹੈ ਖੋਲਦੀ ਹੈ 1, 2, 3, 4, 5, 6, 7, 8, 9, 10, 11, 12, 13, 14, 15, 16, 17, 18, 19, 20, 21, 22, 23, 24, 25, 26, 27, 28, 29, 30, 31. ਓਕੇ ਓਕੇ 30 ਅੱਧੇ ਮਿੰਟ ਦੇ ਵਿੱਚ ਕਿੰਨਾ ਟਾਈਮ 'ਚ ਕੀਤੀ ਇਹਨੇ 30 seconds ਤੁਸੀਂ ਗਿਣਤੀ ਸ਼ਤਾਬਦੀ ਦੇ ਬਹਿ ਕੇ ਗਿਣਦੇ ਪਏ ਸੀ ਸਾਰੇ ਉਹ 30 ਨਹੀਂ ਹੈ ਉਹ ਘੱਟੋ ਘੱਟ 15 to 20 seconds ਦੇ ਵਿੱਚ ਉਹਨੇ ਗੁੱਤ ਕਰਤੀ ਹੈ ਤਾਲੀਆਂ ਮਾਰੋ ਇੱਕ ਵਾਰੀ ਫਿਰ ਤੋਂ ਵੈਰੀ ਗੁੱਡ ਬਹੁਤ ਅੱਛਾ ਟੈਲੈਂਟ ਹੈ ਓਕੇ ਓਕੇ ਤੁਸੀਂ ਕਾਊਂਟਿੰਗ ਜਦੋਂ ਕਰ ਰਹੇ ਸੀਗੇ 9 ਤੋਂ ਬਾਅਦ ਕੀ ਆਉਂਦਾ ਕੀ ਆਉਂਦਾ ਬਈ 10 ਤੋਂ ਬਾਅਦ 11 ਤੋਂ ਬਾਅਦ 13 ਤੋਂ ਪਹਿਲੇ ਇੱਕ ਇੱਕ ਜਾਣਾ ਬੋਲੇਗਾ ਠੀਕ ਹੈ 13 ਤੋਂ ਪਹਿਲੇ ਕੀ ਆਉਂਦਾ ਕੁਛ ਨੀ ਹੁੰਦਾ 11 and 12 ਕੀ ਬੋਲੋਗੇ 11 ਤੋਂ ਮੈਂ ਵੈਸੇ ਤੁਹਾਨੂੰ ਬੋਲਤਾ 12 ਨੀ ਬੋਲਣਾ 12 ਫਿਰ ਕੀ ਬੋਲਣਾ ਹਾਂ 12 ਓਕੇ ਕੀ ਬੋਲਣਾ 12 ਨਹੀਂ ਬੋਲਣਾ ਅੱਗੇ ਤੋਂ ਕੀ ਬੋਲਣਾ 11 ਤੋਂ ਬਾਅਦ ਓਕੇ ਵੈਰੀ ਗੁੱਡ ਦੁਬਾਰਾ ਬੋਲ ਏਦਾਂ ਹੀ ਬੋਲਣਾ ਸਾਰਿਆਂ ਨੇ ਕਿੱਦਾਂ ਬੋਲਣਾ ਓਕੇ ਵੈਰੀ ਗੁੱਡ ਅੱਛਾ ਨਿਊਜ਼ ਪੇਪਰ ਇੱਕ ਆਉਂਦਾ ਆਪਣਾ
ਇੰਗਲਿਸ਼ ਨਿਊਜ਼ ਪੇਪਰ ਆਉਂਦਾ ਜੇ ਇੰਗਲਿਸ਼ ਨਿਊਜ਼ ਪੇਪਰ ਦਾ ਨਾਮ ਲਈਏ ਤਾਂ ਕੀ ਆਉਂਦਾ ਟ੍ਰਿਬਿਊਨ ਟ੍ਰਿਬਿਊਨ ਨਾਮ ਜਾਂਦਾ ਟ੍ਰਿਬਿਊਨ ਕੀ ਮਤਲਬ ਟ੍ਰਿਬਿਊਨ ਦਾ ਹਾਂ ਕੀ ਮਤਲਬ ਟ੍ਰਿਬਿਊਨ ਦਾ ਟ੍ਰਿਬਿਊਨ ਦਾ ਕੀ ਮਤਲਬ ਹੁੰਦਾ ਹਾਂਜੀ ਮਤਲਬ ਪਤਾ ਟ੍ਰਿਬਿਊਨ ਦਾ ਟ੍ਰਿਬਿਊਨ ਦਾ ਟ੍ਰਿਬਿਊਨ ਦਾ ਹਾਂਜੀ ਪਤਾ ਕਿਸੇ ਨੂੰ ਟ੍ਰਿਬਿਊਨ ਦਾ ਕੀ ਮਤਲਬ ਹੁੰਦਾ ਓਕੇ ਮੈਂ ਦੱਸ ਦਿੰਦਾ ਟ੍ਰਿਬਿਊਨ ਦਾ ਮਤਲਬ ਹੁੰਦਾ ਇੱਕ ਪਲੈਟਫਾਰਮ ਪਲੈਟਫਾਰਮ ਜਾਂ ਸਟੇਜ ਜਾਂ ਇੱਕ ਮੰਚ ਜਿੱਥੋਂ ਤੁਸੀਂ ਆਪਣੀ ਕੋਈ ਗੱਲਬਾਤ ਦੂਜੇ ਨੂੰ ਡਿਲੀਵਰ ਕਰ ਸਕਦੇ ਹੋ ਆਪਣੇ ਵਿਚਾਰ ਡਿਲੀਵਰ ਕਰ ਸਕਦੇ ਹੋ ਉਹਨੂੰ ਕਹਿੰਦੇ ਟ੍ਰਿਬਿਊਨ ਓਕੇ ਦਾ ਟ੍ਰਿਬਿਊਨ ਇੱਕ ਨਿਊਜ਼ ਪੇਪਰ ਹੈ ਉਹ ਆਪਣੇ ਵਿਚਾਰ ਆਪਣੀ ਨਿਊਜ਼ ਜਾਂ ਕੁਛ ਤੁਹਾਡੇ ਤੱਕ ਡਿਲੀਵਰ ਕਰਦੇ ਆ ਉਹ ਇੱਕ ਮੰਚ ਹੈ ਰਾਈਟ ਸਮਝ ਆ ਗਈ ਹੁਣ ਟ੍ਰਿਬਿਊਨ ਦਾ ਮਤਲਬ ਪਤਾ ਲੱਗ ਗਿਆ ਸਭ ਨੂੰ ਅਖਬਾਰ ਦਾ ਨਾਮ ਤਾਂ ਟ੍ਰਿਬਿਊਨ ਹੈਗਾ ਹੀ ਹੈ ਉਹ ਟ੍ਰਿਬਿਊਨ ਕਿਉਂ ਨਾਮ ਰੱਖਿਆ ਕਿਉਂਕਿ ਉਹਨਾਂ ਦਾ ਇੱਕ ਮੰਚ ਹੈ ਪਲੈਟਫਾਰਮ ਹੈ ਕੀ ਹੈਗਾ ਕੀ ਹੈਗਾ ਪਲੈਟਫਾਰਮ ਠੀਕ ਹੈ ਕੀ ਹੈਗਾ ਹਾਂ ਪਲੇਟਫਾਰਮ ਕਿਸੇ ਨਾਲ ਨਹੀਂ ਬੋਲਣਾ ਪਲੈਟਫਾਰਮ ਓਕੇ ਇਹ ਸਾਰੇ ਵਰਡਸ ਮੈਂ ਕਿੱਥੋਂ ਸਿੱਖੇ ਆ ਬ੍ਰਿਲਸ ਐਕਸਪ੍ਰੈਸ ਤੋਂ ਨਿਊਜ਼ ਪੇਪਰ ਹੈਗਾ ਬ੍ਰਿਲਸ ਐਕਸਪ੍ਰੈਸ ਬ੍ਰਿਲਸ ਐਕਸਪ੍ਰੈਸ ਨਿਊਜ਼ ਪੇਪਰ ਇਹ ਦੇਖੋ ਮੇਰੇ ਕੋਲ ਹੈ ਮਾਰਕੀਟ 'ਚ ਮਿਲ ਜਾਂਦਾ ਬੜੇ ਆਸਾਨੀ ਨਾਲ ਤੁਸੀਂ ਕਿਤੇ ਵੀ ਨਿਊਜ਼ ਹੋਕਰ ਕੋਲ ਆਪਣੇ ਨਿਊਜ਼ ਪੇਪਰ ਹੋਕਰ ਕੋਲ ਇਹ ਲੈ ਸਕਦੇ ਹੋ ਬ੍ਰਿਲਸ ਐਕਸਪ੍ਰੈਸ ਆਮ ਤੌਰ 'ਤੇ ਅਸੀਂ ਜਿਹੜਾ ਇੰਗਲਿਸ਼ ਅਖਬਾਰ ਪੜ੍ਹਦੇ ਹਾਂ ਅਤੇ ਬੜੀ ਪ੍ਰੋਬਲਮ ਆਉਂਦੀ ਸਮਝ ਨਹੀਂ ਆਉਂਦੀ ਖਬਰ ਪੂਰੀ ਕੀ ਹੈ ਕੀ ਨਹੀਂ ਆਉਂਦੀ ਹੈ ਨਾ ਮਤਲਬ ਸਮਝ ਨਹੀਂ ਆਉਂਦਾ ਲੇਕਿਨ ਇਹਦੇ ਵਿੱਚ ਕੋਈ ਵੀ ਨਿਊਜ਼ ਅਗਰ ਇੰਗਲਿਸ਼ ਦਿੱਤੀ ਗਈ ਹੈ ਨਾਲ ਹੀ ਥੱਲੇ ਹਿੰਦੀ 'ਚ ਟ੍ਰਾਂਸਲੇਸ਼ਨ ਕੀਤੀ ਗਈ ਹੈ ਰਾਈਟ ਓਕੇ ਵਰਡਸ ਜਿਹੜੇ ਇੰਗਲਿਸ਼ ਦੇ ਆ ਉਹਨਾਂ ਦੇ ਮੀਨਿੰਗ ਵੀ ਦਿੱਤੇ ਗਏ ਆ ਇਸ ਕਰਕੇ ਅੱਗੇ ਤੋਂ ਜਦੋਂ ਵੀ ਕੋਈ ਨਿਊਜ਼ ਪੜ੍ਹਨੀ ਹੈ ਇੰਗਲਿਸ਼ ਦੀ ਤਾਂ ਕਿੱਥੋਂ ਪੜ੍ਹਨੀ ਹੈ ਓਕੇ ਬ੍ਰਿਲਸ ਐਕਸਪ੍ਰੈਸ ਰਾਈਟ ਹੋ ਲੂੰਬੜੇ ਟਬੂਸੀ ਵਾਲਾ ਕੰਮ ਕੋਈ ਨਾ ਮੱਠੀ ਮੱਠੀ ਚਾਲ ਹੁੰਦੀ ਸਦਾ ਸ਼ੇਰ ਦੀ ਭਰੇ ਹੋਏ ਭਾਂਡੇ ਸਦਾ ਸ਼ਾਂਤ ਰਹਿੰਦੇ ਨੇ ਸ਼ਲਾਰੂ ਪੰਤੀ ਉਹ ਰਹਿੰਦੀ ਜੱਜ ਕੇਰ ਦੀ ਕਿਰਤੀ ਬੰਦਾ ਤਾਂ ਮਸਾਂ ਟਾਈਮ ਕੱਟਦਾ ਕਿੱਥੇ ਉਦੋਂ ਨੋਟਾਂ ਵਾਲੇ ਬੈੱਡ ਬਣਦੇ ਪਹਿਲਾਂ ਕਾਰਵਾਈ ਪਾਉਂਦੇ ਪਿੱਛੋਂ ਗੱਲ ਕਰਦੇ ਗੱਲਾਂ ਬਾਤਾਂ ਨਾਲ ਨਹੀਂ ਉਹ ਹੈੱਡ ਬਣਦੇ ਸ਼ੋਹਰਤਾਂ ਲਈ ਨਾ ਦਾਨ ਪੁੰਨ ਕਰੀਏ ਸੇਵਾ ਕੀਤੀ ਹੋਈ ਤੇ ਉਹ ਨਾਮ ਨਹੀਂ ਲਿਖਾਈਦਾ ਜਿਹੜਾ ਬੰਦਾ ਜਸੜਾਵੇ ਬਦਖੋਹੀ ਕਰਜੇ ਮੁੜ ਕੇ ਸਰੋਪਾ ਕਦੇ ਨਹੀਂ ਉਹ ਪਾਈਦਾ ਜਿਹੜਾ ਬੰਦਾ ਜਸੜਾਵੇ ਬਦਖੋਹੀ ਕਰਜੇ ਮੁੜ ਕੇ ਸਰੋਪਾ ਕਦੇ ਨਹੀਂ ਉਹ ਪਾਈਦਾ ਬੜੇ ਆਣੇ ਲਾਇਆ ਜ਼ੋਰ ਸਾਨੂੰ ਦੱਬਣ ਲਈ ਰਜ਼ਾ ਮਾਲਕ ਦੀ ਨਾਮ 'ਤੇ ਟਰੈਂਡ ਬਣ ਗਏ ਪਹਿਲਾਂ ਕਾਰਵਾਈ ਪਾਉਂਦੇ ਪਿੱਛੋਂ ਗੱਲ ਕਰਦੇ ਗੱਲਾਂ ਬਾਤਾਂ ਨਾਲ ਨਹੀਂ ਉਹ ਹੈੱਡ ਬਣਦੇ ਵਾਹ ਵੀ ਚਰਨਵਾਲ ਵਾਹ ਵਾਹ ਤਾਲੀਆਂ ਵੀ ਜ਼ੋਰਦਾਰ ਇੱਕ ਵਾਰ ਫਿਰ ਤਾਲੀਆਂ ਲਓ ਜੀ ਦੋਸਤੋ ਪ੍ਰੋਗਰਾਮ ਚੱਲ ਰਿਹਾ ਜੀ ਬ੍ਰਿਲਸ ਪ੍ਰੈਜ਼ੈਂਟਸ ਮਸਤੀ ਕੈਂਪਸ ਦੀ ਅਤੇ ਚੰਪਲ ਦੇ ਗਾਇਸ ਗੀਤ ਦੇ ਨਾਲ ਅੱਜ ਦੀ ਮਸਤੀ ਆਪਾਂ ਇੱਥੇ ਹੀ ਖਤਮ ਕਰਦੇ ਹਾਂ ਅਗਲੇ ਹਫ਼ਤੇ ਫਿਰ ਮਿਲਾਂਗੇ ਉਸੇ ਪ੍ਰੋਗਰਾਮ 'ਚ ਜਿਹਦਾ ਨਾਮ ਹੈ ਜੀ ਬ੍ਰਿਲਸ ਪ੍ਰੈਜ਼ੈਂਟਸ ਮਸਤੀ ਕੈਂਪਸ ਦੀ ਮਸਤੀ ਕੈਂਪਸ ਦੀ